ਦਾ ਮਾਹੌਲ ਇਹੋ ਜਿਹਾ ਬਣਾਓ ਕਿ 15-20 ਮਿੰਟ ਬੱਚਿਆਂ ਨਾਲ ਜ਼ਰੂਰ ਬੈਠੋ ਤੇ ਇੱਕ ਅੱਧੀ ਕੋਈ ਜਨਮ ਸਾਖੀ, ਇੱਕ ਅੱਧੀ ਸਾਖੀ ਗੁਰੂ ਦੀ 20 ਮਿੰਟ ਹੀ ਕੱਢ ਲਓ। ਇਹ ਪਹਿਲਾਂ ਹੁੰਦਾ ਸੀ ਰਿਵਾਜ, ਅਸੀਂ ਪਾਕਿਸਤਾਨ ਤੋਂ ਹਾਂ ਪਿੱਛੋਂ, ਤੇ ਸਾਡੇ ਵੀ ਉੱਥੇ ਰਿਵਾਜ ਸੀ, ਜਨਮ ਤਾਂ ਇੱਧਰੋਂ ਦਾ ਹੀ ਹੈ, ਵੱਡੇ ਪਿੱਛੋਂ ਪਾਕਿਸਤਾਨ ਤੋਂ। ਅਤੇ ਇੱਥੇ ਆ ਕੇ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਜਾਂ ਭਾਈ ਵੀਰ ਸਿੰਘ ਜੀ ਦਾ ਉਹ ਪਰਿਵਾਰ ਚੋਂ ਇੱਕ ਮੈਂਬਰ ਨੇ ਪੜ੍ਹਨੀ, ਸਾਰਿਆਂ ਨੇ ਸੁਣਨੀ, ਆਖੋ ਸਤਨਾਮ। ਉਹ ਹੁਣ ਟਾਈਮ ਘੱਟ ਗਿਆ, ਪਰ ਮਰਦ ਬਣੋ। ਇਹ ਗੁਰੂ ਤੇਗ ਬਹਾਦਰ ਦੇ ਦਰ 'ਤੇ ਆਇਓ, ਕੋਈ ਛੋਟਾ ਦਰ? ਬਾਲਾ ਪ੍ਰੀਤਮ ਦਾ ਦਿਹਾੜਾ ਮਨਾ ਰਹੇ, ਕੋਈ ਛੋਟੀ ਮੋਟੀ ਹਸਤੀ ਨੇ? ਜਿੰਨੀਆਂ ਬੀਬੀਆਂ ਜਿੰਨੇ ਵੀਰ ਇੱਕ ਵਿਲ ਪਾਵਰ ਭਰੋ ਘਰਾਂ 'ਚ, ਕੀ 20 ਮਿੰਟ ਔਖੇ ਨੇ? 25 ਮਿੰਟ ਅਰਦਾਸ ਕਨੇਡਾ ਗਿਆ, ਕਨੇਡਾ 8:30 ਕੀਰਤਨ ਸੀ, ਅੱਧੇ ਘੰਟੇ ਦਾ ਰਾਹ ਸੀ ਜਾਂ 20 ਕੁ ਮਿੰਟ ਦਾ ਘਰ ਤੋਂ ਜਿੱਥੋਂ ਗੁਰਦੁਆਰੇ ਜਾਣਾ ਸੀ, ਅਤੇ 7:45 ਟਾਈਮ। ਉਹ ਮੈਨੂੰ ਪਰਿਵਾਰ ਵਾਲੇ ਜਿਨ੍ਹਾਂ ਦੇ ਪਰਿਵਾਰ 'ਚ ਮੈਂ ਰੁਕਿਆ, ਅਤੇ ਦਾਸ ਨੂੰ ਕਹਿੰਦੇ ਜੀ ਰਹਿਰਾਜ ਸਾਹਿਬ ਕਰ ਲਈਏ। ਮੈਂ ਕਿਹਾ ਜੀ ਹਾਂ ਕਰ ਲਈਏ, ਵੀ ਅਜੇ ਆਪਾਂ 8 ਵਜੇ ਨਿਕਲਣਾ, 8:30 ਕੀਰਤਨ ਹੈ, ਵੀ ਹੈਗਾ 15 ਘੰਟਾ, ਅਤੇ ਰਹਿਰਾਜ ਸਾਹਿਬ ਕਰ ਲਈਏ। ਮੈਂ ਆਪਣਾ ਕੁੜਤਾ ਕੱਟਦਾ ਸਿੱਧਾ ਕੀਤਾ, ਵੀ ਮੈਨੂੰ ਕਹਿਣਗੇ ਤੁਸੀਂ ਗਿਆਨੀ ਹੋ, ਤੁਸੀਂ ਕੀਰਤਨੀ ਹੋ, ਵੀ ਕਰੋ ਰਹਿਰਾਜ ਸਾਹਿਬ ਕਰ ਲਈਏ, ਵੀ ਅਸੀਂ ਸੁਣਦੇ ਹਾਂ। ਮੈਂ ਆਪਣੇ ਵੱਲੋਂ ਸਿੱਧਾ ਸੁੱਧਾ ਹੋ ਕੇ ਬੈਠਾ, ਅਤੇ ਮੈਂ ਹੈਰਾਨ ਹੋ ਗਿਆ, ਉਹ ਪਰਿਵਾਰ ਦਾ ਮੁਖੀ ਉਹਨੇ ਰਹਿਰਾਜ ਸਾਹਿਬ ਸ਼ੁਰੂ ਕਰਤੀ, ਹਰ ਯੁੱਗ ਯੁੱਗ ਭਗਤ ਪਾਇਆ। ਚਲੋ ਅਸੀਂ ਚੌਂਕੜਾ ਮਾਰ ਲਿਆ ਵੀ ਹੁਣ ਰਹਿਰਾਜ ਸਾਹਿਬ ਸੁਣਾਉਣ ਲੱਗਿਆ ਸਰਵਣ। ਮੈਂ ਆਪਣੇ ਅੱਖਾਂ ਬੰਦ ਕਰਕੇ ਬੈਠਾ, ਅਤੇ ਜਦੋਂ ਅਗਲੀ ਆਈ ਨਾ, ਦੁੱਖ ਦਾਰੂ ਸੁਖ ਰੋਗ ਪਿਆ, ਅਤੇ ਆਵਾਜ਼ ਬਦਲ ਗਈ। ਉਹਨਾਂ ਦਾ ਬੱਚਾ 8 ਸਾਲ ਦਾ, ਅਗਲੀ ਦੁੱਖ ਦਾਰੂ ਸੁਖ ਰੋਗ ਪਿਆ, ਉਹ ਪੜ੍ਹਦਾ ਪਿਆ। ਜਦੋਂ ਅਗਲੀ ਸੋਦਰ ਤੇ ਰਹਿ ਗਿਆ, ਦੂਜਾ ਬੱਚਾ ਪੜ੍ਹਦਾ ਪਿਆ। ਅੱਗੋਂ ਸੁਣ ਵੱਡਾ ਆਖੇ ਸਭ ਕੋਈ ਵੋਟੀ ਪੜ ਰਹੀ ਹੈ, ਆਖਾਂ ਜੀਵਾਂ ਵਿਸਲੇ ਮਰ ਜਾਓ, ਤੀਜਾ ਬੱਚਾ। ਉਹ ਜਦੋਂ ਇੰਜ ਰਹਿਰਾਜ ਸਾਹਿਬ ਸਾਰਿਆਂ ਨੇ ਕੀਤੀ ਨਾ ਰਲ ਕੇ, ਤੇ ਮੈਨੂੰ ਵੇਖੋ ਗੁਣ ਲੈਣੇ ਚਾਹੀਦੇ। ਮੈਂ ਜਦੋਂ ਇਹ ਚੀਜ਼ ਉਹਨਾਂ ਦੇ ਵੇਖੀ, ਮੈਂ ਸੀਸ ਝੁਕ ਗਿਆ। ਮੈਂ ਕਿਹਾ ਵੀ ਸਾਡੇ ਘਰਾਂ 'ਚ ਇਹ ਚੀਜ਼ ਨਹੀਂ ਹੈਗੀ, ਆਹ ਰਹਿਰਾਜ ਸਾਹਿਬ। ਅਤੇ ਮੈਨੂੰ ਉਹਨੇ ਪਤਾ ਕੀ ਕਿਹਾ, ਕਹਿੰਦਾ ਇਹ 20-25 ਮਿੰਟ ਅਸੀਂ ਜਿੰਨੇ ਮਰਜ਼ੀ ਰੁਝੇਵੇਂ ਆਉਣ, ਆਪਣੀ ਫੈਮਿਲੀ 'ਚ 25-30 ਮਿੰਟ ਰੱਖੇ ਨੇ ਕਿ ਸੰਧਿਆ ਵੇਲੇ ਇਕੱਠਿਆਂ ਬਹਿ ਕੇ ਰਹਿਰਾਜ ਸਾਹਿਬ ਜਾਂ ਇੱਕ ਸ਼ਬਦ ਜ਼ਰੂਰ ਪੜ੍ਹਨਾ। ਇਹਦੇ ਨਾਲ ਵੀ ਘਰਾਂ ਵਿੱਚ ਗੁਰਮਤ ਨੂੰ ਸਾਧ ਸੰਗਤ ਆਉਣ ਦਾ ਰਾਹ ਮਿਲ ਜਾਂਦਾ ਹੈ। ਇੱਕ ਇਨਕਲਾਬ ਲਿਆ, ਭਾਵੇਂ ਇਹ ਜਗ੍ਹਾ TV ਨੇ ਲੈ ਲਈ, ਦੂਜੀਆਂ ਚੀਜ਼ਾਂ ਨੇ ਲੈ ਲਈ, ਗੁਰੂ ਕਿਰਪਾ ਕਰੇ ਇਹਨਾਂ ਸਟੇਜਾਂ ਤੋਂ ਹੀ ਬੋਲਾਂਗੇ ਅਤੇ ਗੱਲ ਬਣੇਗੀ। ਆਖੋ ਸਤਨਾਮ।